ਕਿਸਾਨਾਂ ਦੇ ਧਰਨੇ ਦੇ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਸ਼ਾਮਲ ਹੋਣ ਆਏ ਸੀ। ਉਹਨਾਂ ਨੇ ਮੰਗ ਪੱਤਰ ਲਿਆ ਏ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੀਆਂ ਕਿਹੜੀਆਂ ਮੰਗਾਂ ਦਿੱਤੀਆਂ ਗਈਆਂ ਨੇ। ਖੁੱਡੀਆਂ ਸਾਹਿਬ ਸਾਡੇ ਨਾਲ ਨੇ। ਖੁੱਡੀਆਂ ਸਾਹਿਬ, ਕਿਹੜੀਆਂ ਕਿਹੜੀਆਂ ਮੰਗਾਂ ਕਿਸਾਨਾਂ ਨੇ ਤੁਹਾਨੂੰ ਦਿੱਤੀਆਂ? ਮੈਂ ਅੱਜ ਜਾ ਕੇ ਵੇਖ ਰਹੀ ਹਾਂ ਜੀ, ਮੈਂ ਤਾਂ ਜੋ ਦੇਤੀਆਂ ਖੇਤੀ ਨੀਤੀ ਦਾ ਅੱਜ ਵਿਧਾਨ ਸਭਾ ਵਿੱਚ ਵੀ ਜ਼ਿਕਰ ਹੋਇਆ ਕਿ ਕਿਉਂ ਜਿਹੜਾ ਖੇਤੀ ਜਿਹੜਾ ਕੁਛ ਲਿਖਿਆ ਸਾਰਾ ਕੁਛ ਦੇਖ ਕੇ ਸਾਰਾ ਕੁਛ ਕਰਵਾਵਾਂ। ਮੈਂ ਅੱਜ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਕਿਸਾਨ ਭਰਾਵਾਂ ਦਾ, ਮਜ਼ਦੂਰ ਭਰਾਵਾਂ ਦਾ ਉਹਨਾਂ ਨਾਲ ਆ ਕੇ ਮੀਟਿੰਗ ਕਰਕੇ ਉਹਨਾਂ ਦਾ ਮੈਮੋਰੈਂਡਮ ਲਿਆ, ਜੋ ਉਹਨਾਂ ਦੀਆਂ ਮੰਗਾਂ ਹੋਣਗੀਆਂ ਉਹਨਾਂ 'ਤੇ ਸਾਰੀਆਂ ਨਜ਼ਰਸਾਨੀ ਕਰਕੇ ਸਰਕਾਰ ਜੋ ਇਹਨਾਂ ਦਾ ਬਣਦਾ ਹੱਕ ਹੋਏ। ਸਰਕਾਰ ਹੀ ਕਰੂਗੀ ਜੀ, ਸਰਕਾਰ ਹੀ ਕਰ ਰਹੀ ਹੈ ਨਾ, ਜਨਤਕ ਹੀ ਕਰਾਂਗੇ, ਹੋਰ ਉਹਨੂੰ ਲੁਕੋ ਕੇ ਤਾਂ ਨਾ ਰੱਖ ਲਾਂਗੇ। ਤਾਂ ਬਿਲਕੁਲ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਨੇ ਤਾਂ ਉਹਨਾਂ ਨੇ ਕਿਸਾਨਾਂ ਨੂੰ ਭਰੋਸਾ ਦਵਾਇਆ, ਇੱਥੇ ਪਹੁੰਚੇ ਸੀ ਮੋਰਚੇ ਦੇ ਵਿੱਚ, ਕਿ ਆਉਣ ਵਾਲੇ ਸਮੇਂ ਦੇ ਵਿੱਚ ਖੇਤੀ ਨੀਤੀ ਜਿਹੜੀ ਆ ਉਹ ਬਣਾਈ ਜਾਵੇਗੀ, ਬਿਲਕੁਲ ਜਨਤਕ ਕੀਤੀ ਜਾਵੇਗੀ, ਜਿਵੇਂ ਕਿ ਅੱਜ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਚੁੱਕਿਆ ਗਿਆ ਸੀ। ਤਾਂ ਹੁਣ ਖੇਤੀ ਨੀਤੀ ਕਦੋਂ ਬਣਦੀ ਹੈ, ਕਦੋਂ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਹਨਾਂ ਦੇ ਉੱਤੇ ਫੁੱਲ ਚੜ੍ਹਾਏ ਜਾਂਦੇ ਨੇ, ਇਹ ਆਉਣ ਵਾਲਾ ਸਮਾਂ ਦੱਸੇਗਾ। ਫਿਲਹਾਲ ਹੀ ਦਿਓ ਇਜਾਜ਼ਤ, ਕੈਮਰਾਮੈਨ ਹਰਦੀਪ ਸਿੰਘ ਦੇ ਨਾਲ ਅੰਤਰਪ੍ਰੀਤ ਸਿੰਘ ਖਹਿਰਾ, ਮਾਈ ਪੰਜਾਬੀ ਟੀਵੀ, ਚੰਡੀਗੜ੍ਹ। ਕਿਸਾਨਾਂ ਦੇ ਧਰਨੇ ਦੇ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਸ਼ਾਮਲ ਹੋਣ ਆਏ ਸੀ। ਉਹਨਾਂ ਨੇ ਮੰਗ ਪੱਤਰ ਲਿਆ ਏ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੀਆਂ ਕਿਹੜੀਆਂ ਮੰਗਾਂ ਦਿੱਤੀਆਂ ਗਈਆਂ ਨੇ। ਖੁੱਡੀਆਂ ਸਾਹਿਬ ਸਾਡੇ ਨਾਲ ਨੇ। ਖੁੱਡੀਆਂ ਸਾਹਿਬ, ਕਿਹੜੀਆਂ ਕਿਹੜੀਆਂ ਮੰਗਾਂ ਕਿਸਾਨਾਂ ਨੇ ਤੁਹਾਨੂੰ ਦਿੱਤੀਆਂ? ਮੈਂ ਅੱਜ ਜਾ ਕੇ ਵੇਖ ਰਹੀ ਹਾਂ ਜੀ, ਮੈਂ ਤਾਂ ਜੋ ਦੇਤੀ ਖੇਤੀ ਨੀਤੀ ਦਾ ਅੱਜ ਵਿਧਾਨ ਸਭਾ ਵਿੱਚ ਵੀ ਜ਼ਿਕਰ ਹੋਇਆ ਕਿ ਕਿਉਂ ਜਿਹੜਾ ਖੇਤੀ ਜਿਹੜਾ ਕੁਛ ਲਿਖਿਆ ਸਾਰਾ ਕੁਛ ਦੇਖ ਕੇ ਸਾਰਾ ਕੁਛ ਕਰਵਾਵਾਂ। ਮੈਂ ਅੱਜ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਕਿਸਾਨ ਭਰਾਵਾਂ ਦਾ, ਮਜ਼ਦੂਰ ਭਰਾਵਾਂ ਦਾ ਉਹਨਾਂ ਨਾਲ ਆ ਕੇ ਮੀਟਿੰਗ ਕਰਕੇ ਉਹਨਾਂ ਦਾ ਮੈਮੋਰੈਂਡਮ ਲਿਆ, ਜੋ ਉਹਨਾਂ ਦੀਆਂ ਮੰਗਾਂ ਹੋਣਗੀਆਂ ਉਹਨਾਂ 'ਤੇ ਸਾਰੀਆਂ ਨਜ਼ਰਸਾਨੀ ਕਰਕੇ ਸਰਕਾਰ ਜੋ ਇਹਨਾਂ ਦਾ ਬਣਦਾ ਹੱਕ ਹੋਏ। ਸਰਕਾਰ ਹੀ ਕਰੂਗੀ ਜੀ, ਸਰਕਾਰ ਹੀ ਕਰ ਰਹੀ ਹੈ ਨਾ, ਜਨਤਕ ਹੀ ਕਰਾਂਗੇ, ਹੋਰ ਉਹਨੂੰ ਲੁਕੋ ਕੇ ਤਾਂ ਨਾ ਰੱਖ ਲਾਂਗੇ। ਤਾਂ ਬਿਲਕੁਲ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਨੇ ਤਾਂ ਉਹਨਾਂ ਨੇ ਕਿਸਾਨਾਂ ਨੂੰ ਭਰੋਸਾ ਦਵਾਇਆ, ਇੱਥੇ ਪਹੁੰਚੇ ਸੀ ਮੋਰਚੇ ਦੇ ਵਿੱਚ, ਕਿ ਆਉਣ ਵਾਲੇ ਸਮੇਂ ਦੇ ਵਿੱਚ ਖੇਤੀ ਨੀਤੀ ਜਿਹੜੀ ਆ ਉਹ ਬਣਾਈ ਜਾਵੇਗੀ, ਬਿਲਕੁਲ ਜਨਤਕ ਕੀਤੀ ਜਾਵੇਗੀ, ਜਿਵੇਂ ਕਿ ਅੱਜ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਚੁੱਕਿਆ ਗਿਆ ਸੀ। ਤਾਂ ਹੁਣ ਖੇਤੀ ਨੀਤੀ ਕਦੋਂ ਬਣਦੀ ਹੈ, ਕਦੋਂ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਹਨਾਂ ਦੇ ਉੱਤੇ ਫੁੱਲ ਚੜ੍ਹਾਏ ਜਾਂਦੇ ਨੇ, ਇਹ ਆਉਣ ਵਾਲਾ ਸਮਾਂ ਦੱਸੇਗਾ। ਫਿਲਹਾਲ ਹੀ ਦਿਓ ਇਜਾਜ਼ਤ, ਕੈਮਰਾਮੈਨ ਹਰਦੀਪ ਸਿੰਘ ਦੇ ਨਾਲ ਅੰਤਰਪ੍ਰੀਤ ਸਿੰਘ ਖਹਿਰਾ, ਮਾਈ ਪੰਜਾਬੀ ਟੀਵੀ, ਚੰਡੀਗੜ੍ਹ। ਕਿਸਾਨਾਂ ਦੇ ਧਰਨੇ ਦੇ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਸ਼ਾਮਲ ਹੋਣ ਆਏ ਸੀ। ਉਹਨਾਂ ਨੇ ਮੰਗ ਪੱਤਰ ਲਿਆ ਏ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੀਆਂ ਕਿਹੜੀਆਂ ਮੰਗਾਂ ਦਿੱਤੀਆਂ ਗਈਆਂ ਨੇ। ਖੁੱਡੀਆਂ ਸਾਹਿਬ ਸਾਡੇ ਨਾਲ ਨੇ। ਖੁੱਡੀਆਂ ਸਾਹਿਬ, ਕਿਹੜੀਆਂ ਕਿਹੜੀਆਂ ਮੰਗਾਂ ਕਿਸਾਨਾਂ ਨੇ ਤੁਹਾਨੂੰ ਦਿੱਤੀਆਂ? ਮੈਂ ਅੱਜ ਜਾ ਕੇ ਵੇਖ ਰਹੀ ਹਾਂ ਜੀ, ਮੈਂ ਤਾਂ ਜੋ ਦੇਤੀ ਖੇਤੀ ਨੀਤੀ ਦਾ ਅੱਜ ਵਿਧਾਨ ਸਭਾ ਵਿੱਚ ਵੀ ਜ਼ਿਕਰ ਹੋਇਆ ਕਿ ਕਿਉਂ ਜਿਹੜਾ ਖੇਤੀ ਜਿਹੜਾ ਕੁਛ ਲਿਖਿਆ ਸਾਰਾ ਕੁਛ ਦੇਖ ਕੇ ਸਾਰਾ ਕੁਛ ਕਰਵਾਵਾਂ। ਮੈਂ ਅੱਜ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਕਿਸਾਨ ਭਰਾਵਾਂ ਦਾ, ਮਜ਼ਦੂਰ ਭਰਾਵਾਂ ਦਾ ਉਹਨਾਂ ਨਾਲ ਆ ਕੇ ਮੀਟਿੰਗ ਕਰਕੇ ਉਹਨਾਂ ਦਾ ਮੈਮੋਰੈਂਡਮ ਲਿਆ, ਜੋ ਉਹਨਾਂ ਦੀਆਂ ਮੰਗਾਂ ਹੋਣਗੀਆਂ ਉਹਨਾਂ 'ਤੇ ਸਾਰੀਆਂ ਨਜ਼ਰਸਾਨੀ ਕਰਕੇ ਸਰਕਾਰ ਜੋ ਇਹਨਾਂ ਦਾ ਬਣਦਾ ਹੱਕ ਹੋਏ। ਸਰਕਾਰ ਹੀ ਕਰੂਗੀ ਜੀ, ਸਰਕਾਰ ਹੀ ਕਰ ਰਹੀ ਹੈ ਨਾ, ਜਨਤਕ ਹੀ ਕਰਾਂਗੇ, ਹੋਰ ਉਹਨੂੰ ਲੁਕੋ ਕੇ ਤਾਂ ਨਾ ਰੱਖ ਲਾਂਗੇ। ਤਾਂ ਬਿਲਕੁਲ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਨੇ ਤਾਂ ਉਹਨਾਂ ਨੇ ਕਿਸਾਨਾਂ ਨੂੰ ਭਰੋਸਾ ਦਵਾਇਆ, ਇੱਥੇ ਪਹੁੰਚੇ ਸੀ ਮੋਰਚੇ ਦੇ ਵਿੱਚ, ਕਿ ਆਉਣ ਵਾਲੇ ਸਮੇਂ ਦੇ ਵਿੱਚ ਖੇਤੀ ਨੀਤੀ ਜਿਹੜੀ ਆ ਉਹ ਬਣਾਈ ਜਾਵੇਗੀ, ਬਿਲਕੁਲ ਜਨਤਕ ਕੀਤੀ ਜਾਵੇਗੀ, ਜਿਵੇਂ ਕਿ ਅੱਜ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਚੁੱਕਿਆ ਗਿਆ ਸੀ। ਤਾਂ ਹੁਣ ਖੇਤੀ ਨੀਤੀ ਕਦੋਂ ਬਣਦੀ ਹੈ, ਕਦੋਂ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਹਨਾਂ ਦੇ ਉੱਤੇ ਫੁੱਲ ਚੜ੍ਹਾਏ ਜਾਂਦੇ ਨੇ, ਇਹ ਆਉਣ ਵਾਲਾ
ਸਮਾਂ ਦੱਸੇਗਾ। ਫਿਲਹਾਲ ਹੀ ਦਿਓ ਇਜਾਜ਼ਤ। ਕੈਮਰਾਮੈਨ ਹਰਦੀਪ ਸਿੰਘ ਦੇ ਨਾਲ ਅੰਤਰਪ੍ਰੀਤ ਸਿੰਘ ਖਹਿਰਾ, ਮਾਈ ਪੰਜਾਬੀ ਟੀਵੀ, ਚੰਡੀਗੜ੍ਹ।